ਜਦੋਂ ਪੁਲਿਸ ਵਾਲੇ ਨੇ ਮਹਿਲਾ ਮਿੱਤਰ ਨਾਲ ਬਣਾਈ ਰੀਲ ਤਾਂ ਹੋ ਗਈ ਕਾਰਵਾਈ। ਪੇਸ਼ ਹੈ ਹਰਸੁਖ ਟੀਵੀ USA ਦੀ ਇੱਕ ਰਿਪੋਰਟ। ਰੀਲ ਬਣਾਉਣ ਦਾ ਜਨੂੰਨ ਅੱਜ ਕੱਲ੍ਹ ਲੋਕਾਂ ਦੇ ਸਿਰ 'ਤੇ ਚੜ੍ਹ ਕੇ ਬੋਲਦਾ ਹੈ। ਕੋਈ ਤਾਂ ਰੀਲ ਬਣਾਉਣ ਦੇ ਚੱਕਰ ਵਿੱਚ ਆਪਣੀ ਜਾਨ ਵੀ ਗਵਾ ਬੈਠਦਾ ਹੈ ਅਤੇ ਕੋਈ ਆਪਣੀ ਨੌਕਰੀ ਖੋ ਦਿੰਦਾ ਹੈ। ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਲਈ ਲੋਕ ਵੱਡੇ ਵੱਡੇ ਰਿਸਕ ਲੈ ਲੈਂਦੇ ਸਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਪੁਲਿਸ ਮੁਲਾਜ਼ਮ ਦੇ ਨਾਲ ਕਾਰ ਵਿੱਚ ਬੈਠ ਕੇ ਰੀਲ ਬਣਾ ਰਹੀ ਸੀ ਅਤੇ ਉਸਨੇ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਤਾਂ ਇਹ ਵੀਡੀਓ ਵਾਇਰਲ ਹੋ ਗਈ। ਤੁਹਾਨੂੰ ਦੱਸ ਦਈਏ ਕਿ ਜੋ ਔਰਤ ਦੇ ਨਾਲ ਇੰਸਪੈਕਟਰ ਮੌਜੂਦ ਸੀ ਰੀਲ ਬਣਾਉਣ ਦੇ ਵਿੱਚ, ਉਸਨੂੰ ਹੁਣ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜਦੋਂ ਉਸਦੀ ਇਹ ਵੀਡੀਓ ਵਾਇਰਲ ਹੋਈ ਤਾਂ ਉਸਦੇ ਸਾਥੀ ਅਧਿਕਾਰੀਆਂ ਕੋਲ ਇਹ ਵੀਡੀਓ ਪਹੁੰਚ ਜਾਂਦੀ ਹੈ। ਇਹ ਔਰਤ ਜੋ ਇੰਸਪੈਕਟਰ ਦੇ ਨਾਲ ਮਿਲ ਕੇ ਕਾਰ ਦੇ ਵਿੱਚ ਰੀਲ ਬਣਾ ਰਹੀ ਸੀ, ਇਸ ਨੂੰ ਇੰਸਪੈਕਟਰ ਦੀ ਮਹਿਲਾ ਮਿੱਤਰ ਦੱਸਿਆ ਗਿਆ ਹੈ। ਜਦੋਂ ਇਹ ਰੀਲ ਬਣਾਈ ਗਈ ਉਸ ਸਮੇਂ ਇੰਸਪੈਕਟਰ ਵਰਦੀ ਦੇ ਵਿੱਚ ਮੌਜੂਦ ਹੁੰਦਾ ਹੈ ਅਤੇ ਵਰਦੀ ਦੇ ਵਿੱਚ ਸੋਸ਼ਲ ਮੀਡੀਆ 'ਤੇ ਕੋਈ ਵੀ ਰੀਲ ਜਾਂ ਵੀਡੀਓ ਬਣਾਉਣ 'ਤੇ ਜ਼ਿਆਦਾਤਰ ਸਖ਼ਤ ਮਨਾਈ ਹੈ। ਹਾਲਾਂ ਹੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਵਰਦੀ ਦੇ ਵਿੱਚ ਕੋਈ ਵੀ ਵੀਡੀਓ ਨਹੀਂ ਬਣਾਵੇਗਾ ਕਿਉਂਕਿ ਅਜਿਹਾ ਕਰਨ ਨਾਲ ਵਰਦੀ ਦੀ ਇਮੇਜ ਨੂੰ ਖ਼ਰਾਬ ਕਰਨਾ ਮੰਨਿਆ ਜਾਂਦਾ ਹੈ। ਜਦੋਂ ਇਸ ਇੰਸਪੈਕਟਰ ਦੀ ਇਸ ਔਰਤ ਦੇ ਨਾਲ ਰੀਲ ਵਾਇਰਲ ਹੁੰਦੀ ਹੈ ਤਾਂ ਇਸ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਲਾਈਨ ਹਾਜ਼ਰ ਕੀਤਾ ਜਾਂਦਾ ਹੈ। ਲਾਈਨ ਹਾਜ਼ਰ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਵੀ ਕੋਈ ਪੁਲਿਸ ਮੁਲਾਜ਼ਮ ਵੱਲੋਂ ਕੋਈ ਅਣਗਹਿਲੀ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਗਲਤੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਜਾਂਦਾ ਹੈ। ਇੱਥੇ ਲਾਈਨ ਹਾਜ਼ਰ ਕਰਨ ਦਾ ਮਤਲਬ ਉਸ ਨੂੰ ਥਾਣੇ ਤੋਂ ਹਟਾ ਦਿੱਤਾ ਜਾਂਦਾ ਹੈ, ਭਾਵ ਉਸ ਜਗ੍ਹਾ ਤੋਂ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਜਿੱਥੇ ਉਹ ਡਿਊਟੀ ਕਰਦਾ ਹੈ ਅਤੇ ਫਿਰ ਉਸ ਨੂੰ ਪੁਲਿਸ ਹੈੱਡਕੁਆਰਟਰ ਦੇ ਵਿੱਚ ਯਾਨੀ ਕਿ ਪੁਲਿਸ ਲਾਈਨ ਦੇ ਵਿੱਚ ਬੁਲਾਇਆ ਜਾਂਦਾ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ ਨੂੰ ਨਾ ਹੀ ਕੋਈ ਵੱਡਾ ਕੰਮ ਕਰਨ ਦਿੱਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਵੀ ਕੇਸ ਵਿੱਚ ਸ਼ਾਮਿਲ ਹੋਣ ਦਿੱਤਾ ਜਾਂਦਾ ਹੈ। ਯਾਨੀ ਜਦੋਂ ਤੱਕ ਪੁਲਿਸ ਮੁਲਾਜ਼ਮ ਦੇ ਦੋਸ਼ਾਂ ਨੂੰ ਦੂਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਉਸ ਨੂੰ ਕਿਸੇ ਵੀ ਸਰਕਾਰੀ ਕੰਮ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਜੋ ਔਰਤ ਦੇ ਨਾਲ ਇੰਸਪੈਕਟਰ ਮੌਜੂਦ ਸੀ ਰੀਲ ਬਣਾਉਣ ਦੇ ਵਿੱਚ, ਉਸਨੂੰ ਹੁਣ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਅੰਤ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ ਕਿ ਰੀਲ ਜਾਂ ਕਿਸੇ ਵੀਡੀਓ ਨੂੰ ਬਣਾਉਣ ਸਮੇਂ ਉਸਦੇ ਨਤੀਜੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।